ਹੈਲੋ एवरीवन ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੋ ਉਧীন ਸਵਾਮਾ ਚੋਨ ਬੋਰਡ ਵੱਲੋਂ ਜੋ ਨਿਊ ਵੈਕੈਂਸੀਜ਼ ਨਿਕਲੀਆਂ ਨੇ ਉਹਨਾਂ ਦੀ ਆਪਾਂ ਗੱਲ ਕਰਦੇ ਹਾਂ ਜੀ ਬਹੁਤ ਹੀ ਵਧੀਆ ਮੌਕਾ ਹੈ ਤਾਂ ਤੁਸੀਂ ਦੇਖ ਲੈਣਾ ਕਿਸ ਦੀ ਕੁਆਲੀਫਿਕੇਸ਼ਨ ਜੋ ਐਲੀਜੀਬਿਲਿਟੀ ਅਸਲੀ ਕੀ ਕੀ ਆਪਾਂ ਉਸ ਦੀ ਸਾਰੀ ਗੱਲ ਇਸੇ ਵੀਡੀਓ ਵਿੱਚ ਕਰਾਂਗੇ ਤਾਂ ਪਹਿਲਾਂ ਆਪਾਂ ਦੇਖਦੇ ਹਾਂ ਜੀ ਕਦੋਂ ਇਹ ਐਡਵਰਟਾਈਜ਼ਮੈਂਟ ਆਈ ਸੀ 23 ਅਗਸਤ ਨੂੰ ਜੋ ਆਪਣੀ ਆਨਲਾਈਨ ਮਤਲਬ ਜੋ ਅਰਜ਼ੀਆਂ ਦੀ ਐਪਲੀਕੇਸ਼ਨ ਫਾਰਮ ਕਦੋਂ ਤੋਂ ਸਟਾਰਟ ਹੋਣੇ ਨੇ ਤਾਂ ਇਹ ਹੋਣੇ ਨੇ ਜੀ 28 ਅਗਸਤ ਤੋਂ ਸਟਾਰਟ ਹੋ ਜਾਣੇ ਨੇ ਕਦੋਂ ਤੱਕ ਆਖਰੀ ਮਿਤੀ ਕਦੋਂ ਤੱਕ ਹੈ 22 ਨਵੰਬਰ ਤੱਕ 22 ਸਪਟੈਂਬਰ ਤੱਕ ਜੋ ਹੈ 5 ਵਜੇ ਤੱਕ ਤੁਸੀਂ ਇਸ ਨੂੰ ਫਿਲ ਕਰ ਸਕਦੇ ਹੋ ਤੇ ਫੀਸ ਭਰਨ ਦੀ ਆਖਰੀ ਮਿਤੀ ਹੈ ਜੋ 25 ਸਪਟੈਂਬਰ ਹੋਵੇਗੀ ਤਾਂ ਇਸ ਵਿੱਚ ਜੋ ਕਿਹੜੀ ਇੰਪੋਰਟੈਂਟ ਚੀਜ਼ ਆਪਣੇ ਸਾਹਮਣੇ ਨਿਕਲ ਕੇ ਆਈ ਹੈ ਜੀ ਜੋ ਆਨਲਾਈਨ ਐਪਲੀਕੇਸ਼ਨ ਫਾਰਮ 28 ਅਗਸਤ ਤੋਂ ਲੈ ਕੇ 22 ਸਪਟੈਂਬਰ ਤੱਕ ਨੇ ਤੇ 25 ਤੱਕ ਤੁਸੀਂ ਫੀਸ ਹੈ ਜੋ ਭਰ ਸਕਦੇ ਹੋ ਨੈਕਸਟ ਜੀ ਇਹਨਾਂ ਨੇ ਵੈਕੈਂਸੀਜ਼ ਦੱਸਿਆ ਨੇ ਕਿ ਕਿਹੜੀਆਂ ਕਿਹੜੀਆਂ ਨਿਕਲੀਆਂ ਨੇ ਤਾਂ ਆਪਾਂ ਦੇਖ ਸਕਦੇ ਹਾਂ ਦੀ ਇਸ ਵਿੱਚ ਇਹਨਾਂ ਨੇ ਅਸਾਮੀ ਦਾ ਨਾਮ ਲੈਬੋਰਾਟਰੀ ਟੈਂਡੈਂਟ ਦੀ કુલ 27 ਨੇ ਜਸਵੰਤ ਜਰਨਲ ਐਸ.ਈ.ਬੀ.ਸੀ ਦੇ ਅਕੋਰਡਿੰਗ ਤੁਸੀਂ ਦੇਖ ਸਕਦੇ ਹੋ ਦੂਜੀ ਨਿਕਲੀ ਹੈ ਲੈਬੋਰਾਟਰੀ ਸਹਾਇਕ ਦੀ ਨੈਕਸਟ ਹੈ ਜੀ ਡਾਇਰੈਕਟਰ ਪੂਰਾ ਲਿਖ ਵਿਭਾਗ ਪੰਜਾਬ ਦੀ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੀ ਅਸਾਮੀ ਦਾ ਨਾਮ ਨੈਕਸਟ ਹੈ ਜੀ ਕਾਪੀ ਹੋਲਡਰ ਲਾਇਬ੍ਰੇਰੀਅਨ ਦਫ਼ਤਰ ਸਟੇਟ ਟਰਾਂਸਪੋਰਟ ਕਮਿਸ਼ਨਰ ਦੀਆਂ ਨੇ ਤੇ ਇਸ ਤੋਂ ਬਾਅਦ ਇਹਨਾਂ ਨੇ ਦਫ਼ਤਰ ਪ੍ਰਧਾਨ ਨੇ ਜੋ ਮੁੱਖ ਵਰਣਪਾਲ ਦੀਆਂ ਤੇ ਇਸ ਦਾ ਜੋ ਪੀਡੀਐਫ ਹੈ ਉਹ ਤੁਹਾਨੂੰ ਮੇਰੇ ਟੈਲੀਗ੍ਰam ਗਰੁੱਪ ਦੇ ਵਿੱਚ ਮਿਲ ਜਾਵੇਗਾ ਤੁਸੀਂ ਉੱਥੋਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਕਿ ਕਿਹੜੀ ਕੈਟਾਗਰੀ ਲਈ ਕਿੰਨੀਆਂ-ਕਿੰਨੀਆਂ ਵੈਕੈਂਸੀਜ਼ ਨੇ ਜੋ ਨਿਕਲੀਆਂ ਹੋਈਆਂ ਹਨ ਨੈਕਸਟ ਇਹਨਾਂ ਨੇ ਆਪਾਂ ਨੂੰ ਦੱਸਿਆ ਹੈ ਜੀ ਉਪਰੋਕਤ ਰੱਖਵਾ ਕਰਨ ਤੇ ਸ਼੍ਰੇਣੀ ਵਾਈਜ਼ ਜੋ ਵਰਗੀਕਰਨ ਹੈ ਇਹ ਵੱਖ-ਵੱਖ ਮੰਗ ਪੱਤਰਾਂ ਦੇ ਆਧਾਰ ਤੇ ਜੋ ਹੈ ਦੱਸਿਆ ਗਿਆ ਹੈ ਕਿ ਮੰਗ ਪੱਤਰਾਂ ਦੇ ਅਕੋਰਡਿੰਗ ਕਿ ਕਿੰਨੀਆਂ ਜੋ ਵੈਕੈਂਸੀਜ਼ ਨੇ ਉਹ ਨਿਕਲਣੀਆਂ ਹਨ ਇਸ ਤੋਂ ਬਾਅਦ ਜੀ ਇਹਨਾਂ ਨੇ ਕਿਹਾ ਜੋ ਸਾਬਕਾ ਫੌਜੀ ਕੈਟਾਗਰੀ ਦੀਆਂ ਅਸਾਮੀਆਂ ਸਾਬਕਾ ਫੌਜੀ ਸੈਲਫ ਉਮੀਦਵਾਰਾਂ ਵੱਲੋਂ ਭਰੀਆਂ ਜਾਣੀਆਂ ਚਾਹੀਦੀਆਂ ਹਨ ਸਾਬਕਾ ਫੌਜੀ ਦੇ ਸੈਲਫ ਉਮੀਦਵਾਰ ਉਪਲਬਧ ਨਾ ਹੋਵੇ ਤਾਂ ਜਹੀ ਸਥਿਤੀ ਦੇ ਵਿੱਚ ਜੋ ਅਸਾਮੀਆਂ ਨੇ ਉਹ ਸਾਬਕਾ ਫੌਜੀ ਆਸ਼ਰਿਤ ਮੀਰਵਾਰਾਂ ਵੱਜੋਂ ਭਰੀਆਂ ਜਾਣਗੀਆਂ ਤਾਂ ਇਸ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਇਸ ਤੋਂ ਬਾਅਦ ਜੀ ਨੈਕਸਟ ਇਹਨਾਂ ਨੇ ਗੱਲ ਕੀਤੀ ਹੈ ਅਸਲਾਮੀਆਂ ਫਲਾਈ ਕਰਨ ਲਈ ਆਪਨੂੰ ਕੋਡ ਦਿੱਤੇ ਹਨ ਕਿ ਕਿਹੜੀ ਤੁਸੀਂ ਆ ਜਦੋਂ ਕਰੋਗੇ ਤਾਂ ਤੁਸੀਂ ਕੋਡ ਦਾ ਧਿਆਨ ਰੱਖਣਾ ਹੈ ਜੋ ਉੱਥੇ ਤੁਸੀਂ ਫਿਲ ਕਰੋਗੇ ਫਿਰ ਆ ਜਾਂਦੀ ਹੈ ਜੀ ਆਪਣੀ ਸੈਲਰੀ ਕਿੰਨੀ ਹੋਵੇਗੀ ਤਨਖਾਹ ਕਿੰਨੀ ਹੋਵੇਗੀ ਜੋ ਲੈਬੋਰੀ ਸਹਾਇਕ ਨੇ ਉਹਨਾਂ ਦੀ ਹੋਵੇਗੀ ਜੀ 25500 ਰੁਪਏ ਹਾਂ ਸੱਤਵੇਂ ਜੋ ਆਪਣਾ ਕੇਂਦਰੀ ਪੈਟਰਨ ਹੈ ਲੈਬੋਰਾਟਰੀ ਟੈਂਡੈਂਟ ਦੀ 19900 ਲਾਇਬ੍ਰੇਰੀਅਨ ਦੀ 25500 ਲਾਇਬ੍ਰੇਰੀ ਸਹਾਇਕ ਦੀ 21700 ਸਹਾਇਕ ਲਾਇਬ੍ਰੇਰੀਅਨ ਦੀ 25500 ਪ੍ਰੂਫ ਰੀਡਰ ਦੀ 19900 ਕਾਪੀ ਹੋਲਡਰ ਦੀ 19900 ਮੋਟਰ ਗੱਡੀ ਇਨਸਪੈਕਟਰ ਦੀ 35400 ਉਪਰਿੰਜਰ ਦੀ ਇਹ ਹੋਵੇਗੀ ਜੀ 35400 ਮੱਛੀ ਪਾਲਣ ਅਫਸਰ ਦੀ ਵੀ 35400 ਨੈਕਸਟ ਇਹਨਾਂ ਨੇ ਜੀ ਕੁਆਲੀਫਿਕੇਸ਼ਨ ਦੱਸੀ ਹੈ ਕਿ ਤੁਹਾਡੀ ਐਜੂਕੇਸ਼ਨ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ ਤਾਂ ਫਸਟ ਹੈ ਜੀ ਜੋ ਲੈਬੋਰੀ ਟੈਂਡੈਂਟ ਨੇ ਉਹਨਾਂ ਕੋਲ ਪਲੱਸ 2 ਹੋਣੀ ਚਾਹੀਦੀ ਹੈ विद साइंस अ रिकॉग्नाइज्ड यूनिवर्सिटी और इंस्टीट्यूशन तो ते पंजाबी होनी चाहिए 10वीं दे विच एकता जी ਤੁਹਾਡੇ ਕੋਲ प्लस 2 ਦੇ ਵਿੱਚ ਹੈ ਜੋ साइंस स्ट्रीम ਹੋਣਾ ਚਾਹੀਦਾ ਹੈ ਇਕ ਤੁਹਾਡੇ ਕੋਲ 10वीं ਦੇ ਵਿੱਚ ਪੰਜਾਬੀ ਹੋਣੀ ਚਾਹੀਦੀ ਹੈ ਇਹ ਲੈਬਾਰਟਰੀ اٹینڈੈਂਟ ਦੇ ਲਈ ਜੋ ਯੋਗਤਾ ਹੈ ਨੈਕਸਟ ਹੈ ਜੀ ਲੈਬਾਰਟਰੀ ਸਹਾਇਕ ਹੈ ਜੋ ਉਸ ਦੇ ਲਈ ਹੈ ਕਿ ਉਸ ਕੋਲ बीएससी ਹੋਣੀ ਚਾਹੀਦੀ ਹੈ ਕਿਸੇ ਵੀ इंस्टीट्यूशन ਤੋਂ ਤੇ ਵਿਦ ਐਨੀ ਆਫ ਦਾ 3 ਸਾਇੰਸ ਸਬਜੈਕਟਸ ਫਰੋਮ ਦਾ ਸਬਜੈਕਟਸ ਆਫ ਫਿਜ਼ਿਕਸ ਕੈਮਿਸਟਰੀ ਮੈਥਮੈਟਿਕਸ ਐਂਡ ਬਾਇਓਲੋਜੀ ਕੋਈ ਇਹਨਾਂ ਦੇ ਤਿੰਨ ਸਬਜੈਕਟਸ ਹੋਣੇ ਚਾਹੀਦੇ ਹਨ ਤੇ میٹرਿਕ ਲੈਵਲ ਤੇ ਤੁਹਾਡੇ ਕੋਲ ਹੈ ਜੋ 10ਵੀਂ ਦੇ ਵਿੱਚ ਪੰਜਾਬੀ ਜੋ ਹੈ ਹੋਣੀ ਚਾਹੀਦੀ ਹੈ ਨੈਕਸਟ ਹੈ ਜੀ ਲਾਇਬ੍ਰੇਰੀ ਸਹਾਇਕ ਨੇ ਜੋ ਇਹਨਾਂ ਕੋਲ ਬੀ ਐਲਬੀ ਹੋਣੀ ਚਾਹੀਦੀ ਹੈ ਜਾਂ ਇਸ ਤੋਂ ਇਲਾਵਾ ਇਹਦੇ ਇਕੁਇਵਲੈਂਟ ਜੇ ਕੋਈ ਇਹਦੇ ਬਰਾਬਰ ਦੀ ਕੋਈ ਉਸੀ ਡਿਪਲੋਮਾ ਵਗੈਰਾ ਲਾਇਬ੍ਰੇਰੀ ਦਾ ਕੀਤਾ ਹੈ ਉਹ ਹੋਣਾ ਚਾਹੀਦਾ ਹੈ ਸੈਕਿੰਡ ਹੈ ਜੀ ਤੁਹਾਡੇ ਕੋਲ 3 ਜੋ ਸਾਲ ਦਾ ਹੈ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਕਿਸੇ ਯੂਨੀਵਰਸਿਟੀ ਜਾਂ ਕਾਲਜ ਲਾਇਬ੍ਰੇਰੀਅਨ ਦਾ ਨੈਕਸਟ ਇਹਨਾਂ ਨੇ ਕੀ ਹੈ ਜੀ ਤੁਹਾਡੇ ਕੋਲ 120 ਆਰਸ 120 ਘੰਟਿਆਂ ਵਾਲਾ ਵਿਦ ਹੈਂਡਸ-ਆਨ ਐਕਸਪੀਰੀਅੰਸ ਜੋ ਪਰਸਨਲ ਕੰਪਿਊਟਰ ਜਾਂ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਹੈ ISO 9001 ਸਰਟੀਫਾਈਡ ਵਾਲਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਜਾਂ ਇਸ ਦੇ ਇਕੁਇਵਲੈਂਟ ਜੋ O ਲੈਵਲ ਸਰਟੀਫਿਕੇਟ ਹੁੰਦੇ ਹਨ ਜੋ ਕਿ D ਡਿਪਾਰਟਮੈਂਟ ਆਫ ਇਲੈਕਟ੍ਰੋਨਿਕ ਐਕ੍ਰੈਡੀਸ਼ਨ ਵਾਲੇ DOEACC ਵਾਲੇ ਗਵਰਨਮੈਂਟ ਆਫ ਇੰਡੀਆ ਤੋਂ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਤਾਂ ਇਹਨਾਂ ਦੀ एलिजिਬਿਲਟੀ ਦੇ ਵਿੱਚ ਇੱਕ ਚੀਜ਼ ਉਹ ਲਾਇਬ੍ਰੇਰੀ ਸਾਹਿਤ ਦੇ ਵਿੱਚ ਵਧੀ ਹੈ ਜੀ ਇਹਨਾਂ ਨੇ ਕਿਹਾ ਹੈ ਕਿ ਤੁਹਾਡੇ ਕੋਲ ਕੰਪਿਊਟਰ ਦਾ ਵੀ ਜੋ ਹੈ ਡਿਪਲੋਮਾ ਵਗੈਰਾ ਹੋਣਾ ਚਾਹੀਦਾ ਹੈ 라이브레리언 ਲਈ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਹੈ ਰਾਜੇ ਤੁਹਾਡੇ ਕੋਲ ਬੀ ਐਲ ਆਈ ਬੀ ਬੈਚਲਰ ਆਫ ਲਾਇਬ੍ਰੇਰੀ ਸਾਇੰਸ ਹੋਣੀ ਚਾਹੀਦੀ ਹੈ ਜਾਂ ਬੈਚਲਰ ਆਫ ਲਾਇਬ੍ਰੇਰੀ ਇਨਫੋਰਮੇਸ਼ਨ ਸਾਇੰਸ ਕਿਸੇ ਵੀ ਯੂਨੀਵਰਸਿਟੀ ਤੋਂ ਜੋ ਕਿ ਤੁਹਾਡੇ ਕੀਤੀ ਹੋਣੀ ਚਾਹੀਦੀ ਹੈ ਨੈਕਸਟ ਹੈ ਜੀ ਸਹਾਇਕ ਲਾਇਬ੍ਰੇਰੀਅਨ ਸਹਾਇਕ ਲਾਇਬ੍ਰੇਰੀਅਨ ਇਹਨਾਂ ਨੇ ਸੇਮ ਹੋਈ ਕਿਸ ਤਰ੍ਹਾਂ ਬੈਚਲਰ ਆਫ ਲਾਇਬ੍ਰੇਰੀ ਸਾਇੰਸ ਹੋਣੀ ਚਾਹੀਦੀ ਹੈ ਜਾਂ ਇਨਫੋਰਮੇਸ਼ਨ ਆਫ ਪੋਸਟ ਗ੍ਰੈਜੂਏਸ਼ਨ ਇਨ ਲਾਇਬ੍ਰੇਰੀ ਸਾਇੰਸ ਹੋਣੀ ਚਾਹੀਦੀ ਹੈ ਨੈਕਸਟ ਲਿਖਿਆ ਜੀ ਤੁਹਾਡੇ ਕੋਲ ਮੈਟ੍ਰਿਕਿਉਲੇਸ਼ਨ ਪੰਜਾਬੀ ਹੋਣੀ ਚਾਹੀਦੀ ਹੈ ਕੰਪਲਸਰੀ ਸਬਜੈਕਟ ਜਾਂ ਐਨੀ ਅਦਰ ਇਕੁਇਵਲੈਂਟ ਐਗਜ਼ਾਮੀਨੇਸ਼ਨ ਪੰਜਾਬੀ ਲੈਂਗੁਏਜ ਦੇ ਜਿਹੜਾ ਕਿ ਗਵਰਨਮੈਂਟ ਨੇ ਉਸ ਨੂੰ ਮਾਨਤਾ ਦਿੱਤੀ ਹੋਵੇ 3 ਨੰਬਰ ਤੇ ਹੈ ਜੀ ਕੈਂਡੀਡੇਟ ਸ਼ੈਲ ਹੈਵ ਟੂ ਅਕਵਾਇਰ ਦਾ ਕੁਆਲੀਫਿਕੇਸ਼ਨ ਆਫ ਉਰਦੂ ਅਮੋਜ਼ ਇਸ ਦੀ ਵੀ ਤੁਹਾਡੇ ਕੋਲ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਵਿਦੀਨ ਅ ਪੀਰੀਅਡ ਆਫ 1 ਇਅਰ ਫਰੋਮ ਦਾ ਡੇਟ ਆਫ ਹਿਸ ਅਪੁਆਇੰਟਮੈਂਟ ਜਦੋਂ ਹੀ ਉਸ ਦੀ ਅਪੁਆਇੰਟਮੈਂਟ ਹੋ ਜਾਵੇਗੀ ਤਾਂ ਇਹ ਵਾਲੀ ਜੋ ਯੋਗਤਾ ਹੈ ਐਲੀਜੀਬਿਲਟੀ ਹੈ ਉਸ ਟਾਈਮ ਤੁਹਾਨੂੰ ਪੂਰੀ ਕਰਨੀ ਪਵੇਗੀ ਨੈਕਸਟ ਹੈ ਜੀ ਪ੍ਰੂਫ ਰੀਡਰ ਦੀ ਜੋ ਪ੍ਰੂਫ ਰੀਡਰ ਹੈ ਉਸ ਕੋਲ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਕਿਸੇ ਵੀ ਯੂਨੀਵਰਸਿਟੀ ਤੋਂ ਤੇ 1 ਸਾਲ ਦਾ ਉਸ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਪ੍ਰੂਫ ਰੀਡਿੰਗ ਦਾ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਲੈਂਗੁਏਜ ਦੇ ਵਿੱਚ ਕਿਸੇ ਵੀ ਪਬਲਿਕ ਸੈਕਟਰ ਅੰਡਰਟੇਕਿੰਗਸ ਹੋਣੀ ਚਾਹੀਦੀਆਂ ਜਾਂ ਨਿਊਜ਼ਪੇਪਰਸ magazines ਪਬਲਿਸ਼ਿੰਗ ਹਾਊਸਸ ਦਾ 1 ਸਾਲ ਦਾ ਐਕਸਪੀਰੀਅੰਸ ਤੇ ਤੁਹਾਡੇ ਕੋਲ ਗ੍ਰੈਜੂਏਸ਼ਨ ਪ੍ਰੂਫ ਰੀਡਰ ਦੀ ਜੋ ਹੈ ਹੋਣੀ ਚਾਹੀਦੀ ਹੈ ਨੈਕਸਟ ਹੈ ਜੀ ਕਾਪੀ ਹੋਲਡਰ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਤੇ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਪੰਜਾਬੀ ਜਾਂ ਹਿੰਦੀ ਲੈਂਗੁਏਜ ਦੇ ਵਿੱਚ ਨੈਕਸਟ ਹੈ ਜੀ ਮੋਟਰ ਗੱਡੀ ਇਨਸਪੈਕਟਰ ਇਸ ਦੇ ਵਿੱਚ ਇਹਨਾਂ ਨੇ ਕਿਹਾ ਹੈ ਤੁਹਾਡੀ ਜੋ ਪਲੱਸ 2 ਹੈ ਸੀਨੀਅਰ ਸਕੈਂਡਰੀ ਹੈ ਕਿਸੇ ਵੀ ਯੂਨੀਵਰਸਿਟੀ ਤੋਂ ਜਾਂ ਇੰਸਟੀਟਿਊਸ਼ਨ ਤੋਂ ਹੋਣੀ ਚਾਹੀਦੀ ਹੈ ਇਸ ਤੋਂ ਬਿਨਾ ਸੈਕੰਡ ਨੰਬਰ ਤੇ ਤੁਹਾਡੇ ਕੋਲ ਡਿਪਲੋਮਾ ਹੋਣਾ ਚਾਹੀਦਾ ਆਟੋਮੋਬਾਈਲ ਇੰਜੀਨੀਅਰਿੰਗ ਦਾ 3 ਇਅਰ ਦਾ ਕੋਰਸ ਆ ਜਾਂ ਤੁਹਾਡੇ ਕੋਲ ਡਿਪਲੋਮਾ ਹੋਵੇ ਮਕੈਨਿਕਲ ਦਾ ਜਾਂ ਕੁਆਲਿਫਿਕੇਸ਼ਨ ਹੋਵੇ ਇਹਨਾਂ ਦੋਨਾਂ ਡਿਸਿਪਲਨ ਦੀ ਜਿਹੜੇ ਉੱਪਰ ਦੋਨੇ ਨੇ ਮੈਂਸ਼ਨ ਕੀਤੇ ਨੇ ਨੈਕਸਟ ਇਹਨਾਂ ਨੇ ਕਹੇ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਵਰਕਿੰਗ ਫਾਰ ਅ ਮਿਨਿਮਮ ਪੀਰੀਅਡ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਤੇ ਡਰਾਈਵਿੰਗ ਲਾਇਸੈਂਸ ਜੋ ਹੈ ਉਹ ਤੁਹਾਡੇ ਕੋਲ ਮੋਟਰਸਾਈਕਲ ਵਗੈਰਾ ਬਣਾ ਹੋਣਾ ਚਾਹੀਦਾ ਹੈ ਨੈਕਸਟ ਹੈ ਜੀ ਉਪ ਰੇਂਜਰ ਇਹਨਾਂ ਲਈ ਡਿਗਰੀ ਆਫ ਬੈਚਲਰ ਸਾਇੰਸ ਬੀਐਸਸੀ ਹੋਣੀ ਚਾਹੀਦੀ ਹੈ ਜਾਂ ਬੈਚਲਰ ਇਨ ਇੰਜੀਨੀਅਰਿੰਗ ਹੋਣੀ ਚਾਹੀਦੀ ਹੈ ਨੈਕਸਟ ਹੈ ਜੀ ਤੁਹਾਡਾ ਫਿਜ਼ੀਕਲ ਸਟੈਂਡਰਡ ਵੀ ਦੇਖਿਆ ਜਾਵੇਗਾ ਹਾਈਟ ਮੇਨਲੀ 176 cms ਹੇ ਨੀਚੇ ਦੇ ਸੈਂਟੀਮੀਟਰ ਫੀਮੇਲੀ 150 ਸੈਂਟੀਮੀਟਰ ਨੈਕਸਟ ਚੈਸਟ ਦਾ ਵੀ ਜੀ ਅਨ ਐਕਸਪੈਂਡਡ ਜਾਂ ਐਕਸਪੈਂਡਡ ਦੱਸਿਆ ਜੋ ਤੁਹਾਡੀ ਫਿਜ਼ੀਕਲ ਟੈਸਟ ਹੋਵੇਗਾ ਤੇ ਵਾਕ ਟੈਸਟ ਹੋਵੇਗਾ 25 ਕਿਲੋਮੀਟਰ ਦਾ ਮੈਲਸ ਲਈ ਤੇ ਜੋ ਗਰਲਸ ਨੇ ਫੀਮੇਲਸ ਨੇ ਉਹਨਾਂ ਲਈ 14 ਕਿਲੋਮੀਟਰ ਦਾ ਜੋ ਕਿ ਤੁਸੀਂ ਕੰਪਲੀਟ ਕਰਨਾ ਹੋਵੇਗਾ ਵਿਦੀਨ 4 ਆਵਰਸ ਨੈਕਸਟ ਹੈ ਜੀ ਮੱਛੀ ਪਾਲਣ ਆਫੀਸਰ ਦਾ ਤੁਹਾਡੇ ਕੋਲ ਬੈਚਲਰਸ ਡਿਗਰੀ ਹੋਣੀ ਚਾਹੀਦੀ ਹੈ ਫਿਸ਼ਰੀ ਸਾਇੰਸ ਦੇ ਵਿੱਚ ਬੈਚਲਰਸ ਡਿਗਰੀ ਜਾਂ ਤੁਹਾਡੇ ਕੋਲ ਬੈਚਲਰ ਡਿਗਰੀ ਸਾਇੰਸ ਦੇ ਵਿੱਚ ਹੋਣੀ ਚਾਹੀਦੀ ਹੈ ਜੀ ਬਾਇਓਲੋਜੀ ਹੋਣੀ ਚਾਹੀਦੀ ਹੈ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਤੇ ਇਸ ਤੋਂ ਬਿਨਾ ਤੁਹਾਡੇ ਕੋਲ ਐਸ 1 ਆਫ ਦਾ ਸਬਜੈਕਟ ਜੋ ਤੁਹਾਡੇ ਕੋਲ ਐਕਸ ਸਬਜੈਕਟ ਹੋਣਾ ਚਾਹੀਦਾ ਡਿਪਲੋਮਾ ਇਨ ਇਨਲੈਂਡ ਫਿਸ਼ਰੀਜ਼ ਫਰਮ ਅ ਰਿਕੋਗਨਾਈਜ਼ਡ ਯੂਨੀਵਰਸਿਟੀਆਂ ਤੇ میٹرਿਕ ਵਿਦ ਪੰਜਾਬੀ ਜੋ ਹੈ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਨੈਕਸਟ ਇਹਨਾਂ ਨੇ ਜੀ ਇੱਥੇ ਆਪਾਂ ਨੂੰ ਦੱਸਿਆ ਕਿ ਤੁਹਾਡੇ ਕੋਲ ਪੰਜਾਬੀ ਜ਼ਰੂਰ میٹرਿਕ ਦੇ ਵਿੱਚ ਹੋਣੀ ਚਾਹੀਦੀ ਹੈ ਜੇ ਤੁਹਾਡੇ ਕੋਲ ਪੰਜਾਬੀ ਨਹੀਂ ਹੋਵੇਗੀ ਤੇ ਜੌਬ ਦੇ ਲਈ ਤੁਸੀਂ ਐਲੀਜੀਬਲ ਹੈ ਜੋ ਨਹੀਂ ਹੋਵੂਗੀ ਨੈਕਸਟ ਜੀ ਆਪਾਂ ਹੁਣ ਆਪਾਂ ਉਮਰ ਦੀ ਗੱਲ ਕਰਦੇ ਹਾਂ ਤਾਂ 1-1 2023 ਤੱਕ ਤੁਹਾਡੀ ਉਮਰ 18 ਤੋਂ 37 ਸਾਲ ਤੱਕ ਹੋਣੀ ਚਾਹੀਦੀ ਹੈ ਜਨਰਲ ਕੈਟਾਗਰੀ ਲਈ ਜੋ ਦੂਸਰੀਆਂ ਪਛੜੀਆਂ ਸ੍ਰੇਣੀਆਂ ਨੇ ਉਹਨਾਂ ਲਈ 42 ਸਾਲ ਦੀ ਤੇ ਇਸ ਤੋਂ ਬਿਨਾ ਜੋ ਰਾਜ ਤੇ ਕੇਂਦਰੀ ਸਰਕਾਰ ਦੇ ਕਰਮਚਾਰੀ ਨੇ ਉਹਨਾਂ ਨੂੰ ਸੀਮਾ ਜੋ ਉਮਰ ਦੀ ਸੀਮਾ ਛੋਟ ਦੇ ਕੇ 45 ਸਾਲ ਦੀ ਜੋ ਕੀਤੀ ਗਈ ਹੈ ਇਸ ਤੋਂ ਬਿਨਾ ਜੀ ਜੋ ਪੰਜਾਬ ਦੇ ਵਸਨੀਕ ਸਾਬਕਾ ਫੌਜੀ ਨੇ ਤਾਂ ਉਹਨਾਂ ਨੂੰ ਵੀ ਉਹਨਾਂ ਲਈ ਵੀ ਇਥੇ एलिजिਬਿਲਟੀ ਦਿੱਤੀ ਗਈ ਹੈ ਜੋ ਉਹਨਾਂ ਦੇ ਕੋਈ ਹੈਂਡੀਕੈਪਡ ਨੇ ਉਹਨਾਂ ਦੇ ਰਿਗਾਰਡਿੰਗ ਤੇ ਜੋ ਵਿਡੋਜ਼ ਨੇ ਉਹਨਾਂ ਸਾਰਿਆਂ ਲਈ ਇੱਥੇ ਥੋੜੀ ਥੋੜੀ ਛੂਟ ਹੈ ਜੋ ਦਿੱਤੀ ਗਈ ਹੈ 40 ইয়ার্স ਦੇ ਉਹਨਾਂ ਲਈ ਕੀਤਾ ਗਿਆ ਹੈ ਨੈਕਸਟ ਜੀ ਰਾਖਵਾ ਕਾ ਨਸਬੰਧੀ ਤੁਹਾਡੀ ਫੀਸ ਹੈ ਜਰਨਲ ਸੁਤੰਤਰਤਾ ਸੰਗਰਾਮੀ ਖਡਾਨੀਆਂ ਲਈ 1000 ਰੁਪਇਆ ਐਸਸੀਬੀਸੀ ਲਈ 250 ਰੁਪਇਆ ਸਾਫ ਕਫ ਲਈ 200 ਜੋ ਹੈਂਡੀਕੈਪ ਨੇ 500 ਰੁਪਇਆ ਹੋਵੇਗਾ ਕਿਰਾਂ ਤੁਸੀਂ ਫੀ ਪੇ ਕਰਤੀ ਤਦਾਰਨ ਤੁਹਾਨੂੰ ਜੋ ਫੀਸ ਹੈ ਵਾਪਸ ਨਹੀਂ ਕੀਤੀ ਜਾਵੇਗੀ ਨੈਕਸਟ ਜੀ ਦੋਟਾ ਪੇਪਰ ਹੋਵੇਗਾ ਐਮਸੀਕਿਊ ਦੀ ਫਾਰਮ ਦੇ ਵਿੱਚ ਹੋਵੇਗਾ ਤਿੰਨ ਪੜਾਅ ਦੇ ਵਿੱਚ ਹੋਵੇਗਾ 3 ਸਟੇजेस ਦੇ ਵਿੱਚ ਹੋਵੇਗਾ ਆਬਜੈਕਟਿਵ ਟਾਈਪ ਹੋਵੇਗਾ ਜੈਕਤੀ ਪ੍ਰੀਖਿਆ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੋਵੇਗਾ ਫਿਜ਼ੀਕਲੀ ਟੈਸਟ ਜੋ ਤੁਹਾਡਾ ਫਿਜ਼ੀਕਲੀ ਐਫੀਸ਼ੀਐਂਸੀ ਟੈਸਟ ਜੋ ਜਿਹੜੀ ਵੀ ਪੋਸਟ ਦੇ ਵਿੱਚ ਅਪਲਾਈ ਹੈ ਉਸ ਦੇ ਅਕੋਰਡਿੰਗ ਤੇ ਤੁਹਾਡਾ ਹੋਵੇਗਾ ਨੈਕਸਟ ਇਹਨਾਂ ਨੇ ਦੱਸਿਆ ਜੀ ਪਹਿਲੇ ਪੜਾਵੇ ਚੋਂ ਵਾਲੀ ਜੋ ਤੁਹਾਡੇ ਅੰਕ ਹੋਣਗੇ ਉਹਨਾਂ ਦੇ ਆਧਾਰ ਤੇ ਮੈਰਿਟ ਸੂਚੀ ਬਣੇਗੀ ਫਿਰ ਜੋ ਮੈਰਿਟ ਸੂਚੀ ਹੈ ਉਹਨਾਂ ਨੂੰ ਨੈਕਸਟ ਜੋ ਪਾਰਟ ਲਈ ਬੁਲਾਇਆ ਗਿਆ ਫਿਰ ਨੈਕਸਟ ਸਟੈਪ ਲਈ ਬੁਲਾਇਆ ਜਾਵੇਗਾ ਤੇ ਜੇਕਰ ਕਿਸੇ ਦਾ ਕੋਈ ਫਿਜ਼ੀਕਲ ਟੈਸਟ ਪਾਸ ਨਹੀਂ ਹੁੰਦਾ ਤਾਂ ਉਸ ਨੂੰ ਜੋ ਹੈ ਐਲੀਜੀਬਲ ਡਿਕਲੇਅਰ ਨਹੀਂ ਕੀਤਾ ਜਾਵੇਗਾ ਬਾਕੀ ਜੋ ਇਸ ਦੇ ਰਿਗਾਰਡਿੰਗ ਇਨਫੋਰਮੇਸ਼ਨ ਹੈ ਉਹ ਸਾਰੀ ਤੁਸੀਂ ਇੱਥੇ ਦੇਖ ਸਕਦੇ ਹੋ ਕਿੱਥੇ ਫਾਰਮ ਫਿਲ ਕਰਨੇ ਨੇ ਹੋਰ ਕੀ ਨੇ ਇਹ ਸਾਰੀਆਂ ਜੋ ਪੀਡੀਐਫ ਹੈ ਤੁਹਾਨੂੰ ਮੇਰੇ ਟੈਲੀਗ੍ਰਾਮ ਚੈਨਲ ਤੇ ਮਿਲ ਜਾਵੇਗਾ ਉਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੂੰਗੀ ਬਹੁਤ ਹੀ ਵਧੀਆ ਮੌਕਾ ਹੈ ਜੀ ਜਿਨ੍ਹਾਂ ਨੇ ਫਿਲ ਕਰਨਾ ਹੈ ਇੰਟਰਸਟਿਡ ਕੈਂਡੀਡੇਟਸ ਨੂੰ ਫਿਲ ਕਰ ਸਕਦੇ ਨੇ ਤੇ ਇਸ ਦੇ ਰਿਗਾਰਡਿੰਗ ਜੇ ਤੁਹਾਨੂੰ ਕੋਈ ਡਾਊਟ ਹੈ ਤੁਸੀਂ ਮੈਨੂੰ ਕਮੈਂਟਸ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਥੈਂਕ ਯੂ एवरीवन थैंक यू फॉर वाचिंग माय वीडियो ਤੇ ਇਸੇ ਤਰ੍ਹਾਂ ਦੇ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ ਸੋ ਮੱਚ